ਦੀ ਨਸਲ ਦੇ ਜਿਹੜੇ ਬੰਦੇ ਆ ਨਾ ਇਹ ਆਪਣੀਆਂ ਆਦਤਾਂ ਤੋਂ ਬਾਜ ਨਹੀਂ ਆਉਂਦੇ ਇਹ ਆਪਣੇ ਕਮੀਨੇਪਣ ਤੋਂ ਬਾਜ ਨਹੀਂ ਆਉਂਦੇ ਮੈਂ ਕਹਿੰਦਾ ਇਹੋ ਜਿਹੇ ਘਟੀਆ ਕਿਸਮ ਦੇ ਇਨਸਾਨਾਂ ਨੂੰ ਚਰਾਹੇ 'ਚ ਖੜ ਕੇ ਗੋਲੀ ਮਾਰਨੀ ਚਾਹੀਦੀ ਆ ਮੈਂ ਉਹਨਾਂ ਜੱਟ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਜਿਹੜੇ ਇਨਸਾਨੀਅਤ ਨੂੰ ਪਿਆਰ ਕਰਦੇ ਆ ਤੇ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਚਾਹੁੰਦੇ ਆ ਕਿ ਉਹ ਬੰਦੇ ਖੁਦ ਇਹਨਾਂ ਘਟੀਆ ਕਿਸਮ ਦੇ ਦੱਲਿਆਂ ਦੇ ਵੀਡੀਓ ਬਣਾਉਣ ਇਹਨਾਂ ਨੂੰ ਜਾਂ ਵੀਡੀਓ ਬਣਾਉਣ ਤੇ ਜਾਨ ਦੇ ਛਤਰ ਮਾਰਨ ਆਪ ਕਿ ਤੁਸੀਂ ਇਹ ਕੀ ਕਰਦੇ ਆ ਉਹ ਇਦਾਂ ਦਾ ਕੋਈ ਜਾਨਵਰਾਂ ਨਾਲ ਵੀ ਨਹੀਂ ਕਰਦਾ ਜਾਨਵਰ ਨੂੰ ਵੀ ਬੰਦਾ ਮਤਲਬ ਕੋਈ ਡੰਡੇ ਸੋਟੀ ਨਾਲ ਘੂਰ ਦਿੰਦਾ ਬੰਦਾ ਆਵਾਜ਼ ਦੇ ਦਿੰਦਾ ਉਹ ਵੀ ਬੰਦਾ ਉਹ ਭਿਆਉਂਦਾ ਹੈਗਾ ਉਹ ਤੁਸੀਂ ਕਿਹੜੀ ਦੁਨੀਆ ਵਿੱਚ ਆਉਣੇ ਹੋ ਘਟੀਆ ਕਿਸਮ ਦੇ ਲੋਕੋ ਤੁਸੀਂ ਸ਼ਰਮੀ ਮੰਨ ਲਿਆ ਕੋ ਥੋੜੀ ਬਹੁਤੀ ਤੁਸੀਂ ਕਿਵੇਂ ਬੀਬੀਆਂ ਨੂੰ ਡਾਂਗਾ ਨਾਲ ਕੁੱਟ ਰਹੇ ਹੋ ਤੇ ਜਾਤੀ ਸੁਭ ਕੇ ਸ਼ਬਦ ਬੋਲਦੇ ਹੋ ਤੇ ਉਹਨਾਂ ਦੇ ਕੱਪੜੇ ਤੱਕ ਫਾੜ ਦਿੱਤੇ ਤੁਸੀਂ ਤੈਨੂੰ ਮਰ ਜਾਣਾ ਚਾਹੀਦਾ ਦੱਬ ਕੇ ਹਰਾਮੀ ਆ ਗੰਦੀ ਨਸਲ ਦੇ ਆ ਕੀੜਿਆ ਤੈਨੂੰ ਦੱਬ ਕੇ ਮਰ ਜਾਣਾ ਚਾਹੀਦਾ ਜਿਹੜਾ ਤੂੰ ਉਹਨਾਂ ਬੀਬੀਆਂ ਤੇ ਅਤਿਆਚਾਰ ਕੀਤਾ ਥੋੜੀ ਬਹੁਤੀ ਸ਼ਰਮ ਮੰਨ ਤੂੰ ਘਰੇ ਤੇਰੇ ਵੀ ਧੀਆਂ ਭੈਣਾਂ ਹੋਣਗੀਆਂ ਕਿ ਤੂੰ ਆਪਦੀਆਂ ਧੀਆਂ ਭੈਣਾਂ ਨਾਲ ਇਹ ਹਰਕਤਾਂ ਕਰਦਾ ਇਹੋ ਜਿਹੀਆਂ ਜੇ ਕੱਲ ਨੂੰ ਮਹਾਰਾਜ ਨਾ ਕਰੇ ਕੱਲ ਨੂੰ ਤੇਰੇ ਨਾਲ ਇਹ ਤੇਰੀ ਧੀ ਭੈਣ ਨਾਲ ਇਹ ਇਦਾਂ ਦੀ ਹਰਕਤ ਕਰੇ ਤੇ ਕੀ ਤੂੰ ਜਰੇਗਾ ਗੱਲ ਮੈਂ ਤਾਂ ਕਹਿੰਦਾ ਬਹੁਤ ਸ਼ਰੀਫ ਬੰਦੇ ਆ ਉਹ ਜਿਨ੍ਹਾਂ ਨੇ ਤੂੰ ਜਨਾਨੀਆਂ ਦੇ ਉੱਤੇ ਹੱਥ ਚੱਕਿਆ ਤੇ ਬੜੇ ਸ਼ਰੀਫ ਬੰਦੇ ਆ ਉਹ ਭਲੇ ਮਾਨਸ ਬੰਦੇ ਨੇ ਤੇਰੀ ਧੌਣ ਵੜ ਦਿੱਤੀ ਹੁੰਦੀ ਕਿਸੇ ਸਿੰਘ ਦਾ ਤੇਰਾ ਪਿੱਛਾ ਪਿਆ ਹੁੰਦਾ ਤਾਂ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਕੋਈ ਭਰਾ ਇਹ ਨਾ ਕਿਹਾ ਕਰੋ ਕਿ ਇਹ ਜਾਤੀਵਾਦ ਫੈਲਦਾ ਹੈ ਇਹ ਜਾਤੀਵਾਦ ਫੈਲਦਾ ਨਹੀਂ ਇਹੋ ਜਿਹੇ ਕੁੱਤੇ ਜਾਤੀਵਾਦ ਫੈਲਾਉਂਦੇ ਆ ਇਹਨਾਂ ਕੁੱਤਿਆਂ ਨੂੰ ਇਹੋ ਜਿਹੇ ਕੁੱਤਿਆਂ ਨੂੰ ਇਹ ਸਭ ਜਾਤਾਂ ਵਿੱਚ ਕੁੱਤੇ ਇਹੋ ਜਿਹੇ ਹੁੰਦੇ ਆ ਇਹਨਾਂ ਕੁੱਤਿਆਂ ਨੂੰ ਨੱਥ ਪਾਈ ਜਾਣੀ ਚਾਹੀਦੀ ਆ ਤੇ ਪਾਉਣੀ ਕਿਹਨੇ ਆ ਸਰਕਾਰਾਂ ਨੇ ਕੁਛ ਨਹੀਂ ਕਰਨਾ ਇਹ ਨੱਥ ਆਪਾਂ ਇੱਕ ਦੂਜੇ ਨੇ ਰਲ ਕੇ ਪਾਉਣੀ ਆ ਇਹੋ ਜਿਹੇ ਬੰਦਿਆਂ ਨੂੰ ਜਿਹੜਾ ਵੀ ਬੰਦਾ ਕਿਸੇ ਵੀ ਕਮਿਊਨਿਟੀ ਦੇ ਵਿੱਚ ਜਦੋਂ ਭਾਈਚਾਰਕ ਸਾਂਝ ਤੋੜਦਾ ਏ ਉਸ ਤੇ ਨੱਥ ਪਾਈ ਜਾਣੀ ਚਾਹੀਦੀ ਆ ਚਾਹੇ ਛਤਰ ਨਾ ਪਾਓ ਚਾਹੇ ਪਿਆਰ ਨਾ ਪਾਓ ਸੰਗਤ ਜੀ ਜੇ ਕੋਈ ਗੱਲ ਕਰਦੇ ਆ ਗਰੀਬਾਂ ਨਾਲ ਧੱਕੇ ਦੀ ਤੇ ਅਕਸਰ ਕੁਛ ਘਟੀਆ ਕਿਸਮ ਦੇ ਲੋਕ ਸਾਨੂੰ ਵੀ ਇਲਜ਼ਾਮ ਲਾਉਂਦੇ ਆ ਕਿ ਤੁਸੀਂ ਬਾਣਾ ਪਾ ਕੇ ਜਾਤੀਵਾਦ ਦੀ ਗੱਲ ਕਰਦੇ ਹੋ ਅੱਜ ਫਿਰ ਐਸੇ ਸਮਾਜ ਦੀਆਂ ਔਰਤਾਂ ਨੂੰ ਕੁੱਟਮਾਰ ਕੀਤੀ ਗਈ ਆ ਜਲੀਲ ਕੀਤਾ ਗਿਆ ਏ ਇਹ ਦਰਸਾਇਆ ਗਿਆ ਗੁਲਾਮੀ ਕਿ ਤੁਸੀਂ ਸਾਡੇ ਗੁਲਾਮ ਹੋ ਇਹ ਦਰਸਾਉਣ ਦੀ ਵਾਰ ਵਾਰ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਇਹਨਾਂ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਕਿ ਤੁਸੀਂ ਸਾਡੇ ਗੁਲਾਮ ਜਾਂ ਜਾਨਵਰਾਂ ਵਾਲਾ ਵਿਹਾਰ ਕੀਤਾ ਜਾਂਦਾ ਜਿੱਦਾਂ ਕੋਈ ਖੇਤ ਦੇ ਵਿੱਚ ਜਾਨਵਰ ਨਹੀਂ ਵੜ ਜਾਂਦਾ ਤੇ ਉਹਨੂੰ ਕੁੱਟ ਕੇ ਆਮ ਲੋਕ ਖੇਤ ਵਿੱਚ ਕੁੱਟ ਕੇ ਕਿਸੇ ਜਾਨਵਰ ਨੂੰ ਬਾਹਰ ਕੱਢਦੇ ਆ ਤੇ ਇਹ ਘਟੀਆ ਕਿਸਮ ਦੇ ਕੁਛ ਘਟੀਆ ਕਿਸਮ ਦੇ ਘਟੀਆ ਲੋਕ ਜਿਹੜੇ ਇਹੋ ਜਿਹੀਆਂ ਹਰਕਤਾਂ ਕਰਦੇ ਆ ਤੇ ਇਹਨਾਂ ਫਿਰ ਆਹ ਪਿੰਡ ਦੀ ਇੱਕ ਵੀਡੀਓ ਆ ਸਾਡੇ ਕੋਲ ਆਈ ਆ ਕਿ ਉਸ ਪਿੰਡ ਦੀਆਂ ਤਿੰਨ ਚਾਰ ਬੀਬੀਆਂ ਹੈ ਜਿਨ੍ਹਾਂ ਨੂੰ ਮਤਲਬ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਗਈ ਹੈ ਡੰਡਾ ਉਹਨਾਂ ਦੇ ਕੋਲੇ ਆ ਉਹਨਾਂ ਦਾ ਕਸੂਰ ਕੀ ਆ ਜਿਹੜੇ ਵਿਚਾਰੀਆਂ ਨੇ ਘਾਹ ਵੱਢਿਆ ਏ ਜਿਹੜਾ ਘਾਹ ਵੱਢਿਆ ਨਾ ਉਹਨਾਂ ਨੇ ਉਹ ਕਹਿੰਦੇ ਸਾਡਾ ਤੁਸੀਂ ਘਾਹ ਜਿਹੜਾ ਖੋਟਿਆ ਨਾ ਉਹ ਤੁਸੀਂ ਚੈੱਕ ਕਰ ਸਕਦੇ ਹੋ ਉਹ ਕਹਿੰਦੇ ਜਿਹੜਾ ਘਾਹ ਅਸੀਂ ਉੱਥੋਂ ਵੱਢਿਆ ਨਾ ਤੁਸੀਂ ਚੈੱਕ ਕਰ ਸਕਦੇ ਹੋ ਕਿ ਅਸੀਂ ਕਿਸੇ ਦੀ ਖੇਤ ਦੇ ਵਿੱਚੋਂ ਕਿਸੇ ਦੀ ਫਸਲ ਦਾ ਨੁਕਸਾਨ ਨਹੀਂ ਕੀਤਾ ਉਹ ਜਿਹੜੀਆਂ ਔਰਤਾਂ ਕਹਿ ਰਹੀਆਂ ਕਿ ਅਸੀਂ ਕਿਸੇ ਦੀ ਫਸਲ ਦਾ ਕੋਈ ਨੁਕਸਾਨ ਨਹੀਂ ਕੀਤਾ ਹੈਗਾ ਪਰ ਇਹੋ ਜਿਹੇ ਗੰਦੀ ਨਸਲ ਦੇ ਜਿਹੜੇ ਬੰਦੇ ਆ ਨਾ ਇਹ ਆਪਦੀਆਂ ਆਦਤਾਂ ਤੋਂ ਬਾਜ ਨਹੀਂ ਆਉਂਦੇ ਇਹ ਆਪਦੇ ਕਮੀਨੇਪਣ ਤੋਂ ਬਾਜ ਨਹੀਂ ਆਉਂਦੇ ਮੈਂ ਕਹਿੰਦਾ ਇਹੋ ਜਿਹੇ ਘਟੀਆ ਕਿਸਮ ਦੇ ਇਨਸਾਨਾਂ ਨੂੰ ਚੁਰਾਹੇ 'ਚ ਖੜ ਕੇ ਗੋਲੀ ਮਾਰਨੀ ਚਾਹੀਦੀ ਆ